ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਬਾਬੇ ਹੋ? ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਗੈਸ ਸਟੇਸ਼ਨ 'ਤੇ ਮੈਂ ਗੈਸ ਭਰਾਉਣ ਆਇਆ ਸੀ ਅਤੇ ਥੋੜ੍ਹਾ ਨਾ ਗੋਰਿਆਂ 'ਚ ਮੈਂ ਦੇਖਿਆ, ਅੱਜ ਸਾਰਾ ਦਿਨ ਕੰਮ 'ਤੇ ਸੀਗੇ ਅਤੇ ਥੋੜ੍ਹਾ ਲੋਟਰੀ ਦਾ ਜ਼ਿਆਦਾ ਇੰਟਰਸਟ ਜਿਹਾ ਚੱਲੀ ਜਾਂਦਾ ਅੱਜ, ਕਿਉਂਕਿ ਜਿਹੜਾ ਇੱਥੇ ਨਾ ਇੱਕ ਦੋ ਲੋਟਰੀਆਂ ਹੁੰਦੀਆਂ ਨੇ, ਇੱਕ ਹੁੰਦੀ ਹੈ ਜਿਵੇਂ ਲੋਟੋ ਮੈਕਸ, ਲੋਟੋ 649 ਹੈ ਨਾ, ਲਟਾਰੀਓ ਅੰਟਾਰੀਓ ਉਹਦੇ ਨਾਂ 'ਤੇ ਕਾਫੀ ਕਾਫੀ ਮਤਲਬ ਲੋਟਰੀ ਦਾ ਬਹੁਤ ਜ਼ਿਆਦਾ ਗੋਰਿਆਂ 'ਚ ਕਰੇਜ਼ ਆ, ਕਿਉਂਕਿ ਮੈਂ ਗੈਸ ਸਟੇਸ਼ਨ 'ਤੇ ਕੰਮ ਕੀਤਾ, ਮੈਨੂੰ ਤਾਂ ਪਤਾ ਹੈ ਨਾ ਹੱਥ ਨੇ ਵੀ ਕਿੰਨੀ ਕੁ ਜ਼ਿਆਦਾ ਇਹ ਲੋਟਰੀ ਖਰੀਦਣ ਆਉਂਦੇ ਆ। ਅਤੇ ਅੱਜ ਉਹਦਾ ਡਰਾ ਮਤਲਬ 70 ਮਿਲੀਅਨ 'ਤੇ ਹੋਇਆ ਪਿਆ, ਅਤੇ ਅੱਜ ਮਤਲਬ ਹਰੇਕ ਦੇ ਹੱਥ 'ਚ ਮੈਨੂੰ ਟਿਕਟ ਦਿਖੀ, ਹਰੇਕ ਦੇ ਹੱਥ 'ਚ, ਲਗਭਗ ਹਰੇਕ ਗੋਰੇ ਦੇ ਹੱਥ 'ਚ, ਅਤੇ ਬਹੁਤ ਗੱਲਾਂ ਕਰਦੇ ਵੀ ਦੇਖੇ ਹੈ ਨਾ ਮੈਂ। ਅਤੇ ਮੈਂ ਕਿਹਾ ਚਲੋ ਕਿਉਂ ਨਾ ਇਹਦੀ ਵਲੋਗ ਬਣਾ ਦਈਏ। ਵੈਸੇ ਇਹਦੇ ਪਿੱਛੇ ਕੋਈ ਮੋਟਿਵ ਨਹੀਂ ਹੈਗਾ ਮੇਰਾ ਵੀ ਤੁਸੀਂ ਲੋਟਰੀ ਬਾਏ ਕਰਿਓ ਹੈ ਨਾ ਇੱਥੇ ਆ ਕੇ, ਮੈਂ ਤਾਂ ਇਹੀ ਦੱਸਣਾ ਵੀ ਲੋਟਰੀ ਇੱਥੇ ਬਹੁਤ ਗੰਦੀ ਲੱਤ ਆ ਲੋਟਰੀ ਦੀ। ਜਦੋਂ ਮੈਂ ਗੈਸ ਸਟੇਸ਼ਨ 'ਤੇ ਜੋਬ ਕੀਤੀ ਨਾ, ਮੈਨੂੰ ਸਿਰਫ ਦੋ ਹੀ ਗੱਲਾਂ ਸਿੱਖਣ ਨੂੰ ਮਿਲੀਆਂ ਸੀ ਵੀ ਗੋਰੇ ਲੋਟਰੀ ਅਤੇ ਸਿਗਰਟ ਹੈ ਨਾ, ਇਹਨਾਂ ਦੋਨਾਂ ਬਿਨਾਂ ਨਹੀਂ ਬਚਦੇ ਜਿਨ੍ਹਾਂ ਨੂੰ ਲੱਤ ਲੱਗੀ ਹੋਈ ਆ ਹੈ ਨਾ। ਗੈਸ ਸਟੇਸ਼ਨ 'ਤੇ ਗੈਸ ਦੀ ਉੱਨੀ ਕਮਾਈ ਨਹੀਂ ਹੁੰਦੀ ਜਿੰਨੀ ਲੋਟਰੀ ਅਤੇ ਸਿਗਰਟਾਂ 'ਚੋਂ ਕਮਾਈ ਹੁੰਦੀ। ਮੈਂ ਵੀ ਜਦੋਂ ਗੈਸ ਸਟੇਸ਼ਨ 'ਤੇ ਗਿਆ ਹੈ ਨਾ, ਮੈਂ ਵੀ ਚੱਲ ਅੱਜ ਆਪਾਂ ਵੀ ਦੇਖਦੇ ਹੈ ਨਾ, ਮੈਂ ਪਹਿਲੀ ਵਾਰੀ ਇੱਥੇ ਆਇਆ ਜਾਂਦਾ, ਤਿੰਨ ਚਾਰ ਟਿਕਟਾਂ ਹੀ ਖਰੀਦ ਲਈਆਂ ਮੈਂ ਵੀ ਹੈ ਨਾ। ਅਤੇ ਆਹ ਸਾਰਿਆਂ ਨੂੰ ਫੇਮਸ ਆ ਗਈ ਜਿਹੜੀ ਹੈਗੀ ਆ ਲੋਟੋ ਮੈਕਸ, ਅਤੇ ਇਹਦੇ 'ਚ ਕੀ ਹੁੰਦਾ 7 ਅੱਖਰ ਹੁੰਦੇ ਹੈ ਨਾ, ਅਤੇ 7 ਅੱਖਰ ਜੋ 7-7 ਮਿਲ ਜਾਣ ਤਾਂ ਤੁਹਾਨੂੰ ਜਿਵੇਂ 10 ਮਿਲੀਅਨ ਦੇ ਜਿੰਨੇ ਦਾ ਡਰਾ ਹੁੰਦਾ ਉਹਨਾਂ, ਇਹ ਐਵਰੀ ਟਿਊਜ਼ਡੇ ਅਤੇ ਫਰਾਈਡੇ ਨਿਕਲਦਾ ਹੈ ਨਾ, ਜੇ ਨਾ ਨਿਕਲੇ ਕਿਸੇ ਨੂੰ ਤਾਂ ਵੱਧ ਆ ਜਾਂਦਾ, ਅਤੇ ਵੱਧ ਕੇ 70 ਮਿਲੀਅਨ 'ਤੇ ਆ ਚੁੱਕਿਆ ਹੈ ਨਾ। ਪਹਿਲਾਂ 10 ਤੋਂ ਸ਼ੁਰੂ ਹੁੰਦਾ ਹੈ ਨਾ, 5 ਤੋਂ 10 ਹੋ ਗਿਆ, 20 ਮਿਲੀਅਨ ਹੋ ਗਿਆ, ਕਿਸੇ ਨੂੰ ਨਹੀਂ ਨਿਕਲਿਆ 70 ਮਿਲੀਅਨ ਹੋ ਗਿਆ। ਹੁਣ 70 ਦੇ ਨਾਲ 28 ਮੈਕਸ ਮਿਲੀਅਨ ਡਰਾ ਨੇ, ਜਿਵੇਂ 1-1 ਮਿਲੀਅਨ ਦੇ ਹੋ ਗਏ 28 ਪ੍ਰਾਈਜ਼, ਉਹ ਨਿਕਲੇ ਤਾਂ ਕਰਕੇ ਗੋਰਿਆਂ 'ਚ ਜ਼ਿਆਦਾ ਕਰੇਜ਼ ਸੀਗਾ ਨਾ ਅੱਜ। ਚਲੋ ਇਹਦਾ ਤਾਂ ਆਪਾਂ, ਮੈਨੂੰ ਪਤਾ ਨਿਕਲਦੀਆਂ ਤਾਂ ਹੁੰਦੀਆਂ ਨਹੀਂ ਹੈ ਨਾ, ਸੋ ਮੈਂ ਇਹੀ ਦੱਸਣਾ ਵੀ ਇੰਨੀ ਮਨੀ ਵੇਸਟ ਜਿਹੜੀ ਮੈਂ ਕੀਤੀ ਆ ਵੀ ਤੁਸੀਂ ਨਾ ਕਰਿਓ। ਚਲੋ ਮੈਂ 17-18 ਲਾਤੇ ਅਤੇ ਅੱਜ ਕਰਕੇ ਦਿਖਾਵਾਂਗੇ ਹੈ ਨਾ ਵੀ ਕੀ ਨਿਕਲਦਾ ਇਹਨਾਂ ਦੇ ਵਿੱਚ, ਜਦੋਂ ਕੀ ਨਹੀਂ ਨਿਕਲਦਾ ਹੈ ਨਾ। ਸੋ ਆਹ $3 ਦੀ ਆ, ਇਹਦੇ ਵਿੱਚ ਜਿਵੇਂ 50,000 ਤੱਕ ਦਾ ਨਾਮ ਹੋਊਗਾ ਹੈ ਨਾ, ਅਤੇ ਆਹ ਹੈਗੀ ਆਪਣੀ $5 ਦੀ, ਕੋਈ ਇਹਦਾ ਨਾਂ ਹੈਗਾ ਗਾ ਪਲਿੰਕੋ, ਅਤੇ ਆਹ ਹੈਗੀ ਆਪਣੀ ਲੱਕੀ ਲਾਈਨਸ $1 ਦੀ, ਅਤੇ ਆਹ ਆਪਣੀ ਹੈਗੀ ਆ ਬਲੈਕ ਜੈਕ। ਸੋ ਇੱਥੇ ਲੋਟਰੀਆਂ ਤਾਂ ਬਹੁਤ ਜ਼ਿਆਦਾ ਵਿਕਦੀਆਂ ਨੇ ਹੈ ਨਾ। ਮੈਂ ਬਸ ਇਹੀ ਦੱਸਣਾ, ਵੀਡੀਓ ਦੇ ਵਿੱਚ ਵੀ ਕਈ ਸਟੂਡੈਂਟ ਆਪਣੇ ਆਉਂਦੇ ਹੈ ਨਾ, ਕਈਆਂ ਨੂੰ ਲਾਟਰੀਆਂ ਦੀ ਲੱਤ ਹੀ ਲੱਗ ਜਾਂਦੀ ਆ। ਲੋਟਰੀ ਮੈਂ ਬਹੁਤ ਦੇਖਿਆ ਬਈ ਨਾਲ ਦੇ, ਚਲੋ ਜਿਹੜੇ ਇੰਡੀਆ ਉਹਨਾਂ ਨੂੰ ਹਜੇ ਥੋੜ੍ਹਾ ਨਹੀਂ ਯਕੀਨ ਆਉਂਦਾ ਹੋਊਗਾ, ਜਦੋਂ ਇੱਥੇ ਆਏ ਉਹਨਾਂ ਨੂੰ ਪਤਾ ਚੱਲੂ, ਤੁਹਾਨੂੰ ਕੋਈ $100-200 ਦੀਆਂ ਆਪਣੇ ਵਾਲੇ ਲਾਟਰੀਆਂ ਹੀ ਪਾਈ ਜਾਂਦੇ ਰਹਿੰਦੇ ਆ, ਇੱਕ ਇੱਕ ਸ਼ਿਫਟ ਦੇ ਪੈਸੇ ਉੱਦਾਂ ਹੀ ਲਾਟਰੀਆਂ 'ਚ ਗਵਾਈ ਜਾਂਦੇ ਰਹਿੰਦੇ ਆ। ਦੂਜਾ ਤੁਹਾਨੂੰ ਪਤਾ ਹੀ ਆ ਨਸ਼ਾ, ਜਿਵੇਂ ਵੀਡ ਫੇਮਸ ਆ ਇੱਥੇ ਹੈ ਨਾ, ਵੀਡ 'ਚ ਗਈ ਉੱਧਰਲੇ ਵਾਲੇ ਪਾਸੇ ਚੱਲ ਜਾਂਦੇ ਆ, ਵੀਡ ਲਾਉਂਦੇ ਆ, ਸ਼ੌਂਕ ਸ਼ੌਂਕੀ ਉਹ ਲੱਗ ਜਾਂਦੇ ਆ, ਸੂਟਾ ਸਿਗਰਟ ਹੈ ਨਾ, ਬਹੁਤ ਜਨਤਾ ਪਈ ਆ ਬਈ ਉਹ ਜਿਵੇਂ ਇੱਥੇ। ਆਪਾਂ ਇਹੀ ਕਹਾਂਗੇ ਵੀ ਇਹ ਅਜਿਹੀਆਂ ਚੀਜ਼ਾਂ ਤੋਂ ਬਚਿਓ ਯਾਰ, ਇਹ ਇੱਦਾਂ ਹੀ ਮਨੀ ਵੇਸਟ ਆ, ਸਾਰਾ ਕੁਛ ਮਨੀ ਵੇਸਟ ਆ। ਇਹ ਵੀ ਜਸਟ ਮੈਂ ਤੁਹਾਨੂੰ ਦਿਖਾਊਂਗਾ ਪ੍ਰੈਕਟੀਕਲ ਵੀ ਕਿੱਦਾਂ ਹੈ ਨਾ। ਜਸਟ ਹੁਣ 70 ਮਿਲੀਅਨ ਦੀ ਲੋਟਰੀ ਆ ਉਹ, ਚਲੋ ਹੈ ਨਾ, ਪਿੱਛੇ ਇੱਕ ਤਰ੍ਹਾਂ ਦਾ ਉਹੀ ਹੁੰਦਾ ਨਾ, 70 ਮਿਲੀਅਨ ਤੱਕ ਗਿਆ ਪ੍ਰਾਈਜ਼, ਕਿੰਨੇ ਹੀ ਮਿਲੀਅਨ ਉਹਨਾਂ ਦੀਆਂ ਟਿਕਟਾਂ ਵਿਕੀਆਂ ਹੋਣੀਆਂ, ਕਿੰਨੀ ਮੋਟੀ ਕਮਾਈ ਆ, ਅਤੇ ਗਵਰਨਮੈਂਟ ਨੂੰ ਟੈਕਸ ਜਾਂਦਾ ਹੈ ਨਾ, ਤਾਂ ਕਰਕੇ ਇੱਦਾਂ ਦੀਆਂ ਗੇਮਾਂ ਚੱਲਦੀਆਂ ਨੇ, ਉਹ ਇਹਦੇ ਪਿੱਛੇ ਬਹੁਤ ਤੁਹਾਨੂੰ ਪਤਾ ਹੀ ਹੈ ਨਾ ਕੀ ਆ। ਚਲੋ ਦੇਖਦੇ ਹਾਂ ਆਪਾਂ ਸਕ੍ਰੈਚ ਕਰਕੇ। ਲਓ ਜੀ, ਹੁਣ ਆਪਾਂ ਚੈੱਕ ਕਰਦੇ ਹਾਂ, ਲੋਟਰੀ ਵਾਲਿਆਂ ਦਾ ਐਪ ਹੀ ਆ ਜਾਂਦਾ, ਇਹ 'ਚ ਸਕੈਨ ਕਰਦੇ ਹਾਂ ਕੋਡ। ਲਓ ਜੀ, ਪਹਿਲੀ ਦੇ ਵਿੱਚੋਂ ਆਪਾਂ ਨੂੰ $10 ਨਿਕਲੇ ਨੇ, ਵਿਨਰ ਗੈਨਿਓ। ਅਤੇ ਇਸ ਤੋਂ ਨੈਕਸਟ ਵਾਲੀ ਚੈੱਕ ਕਰਦੇ ਹਾਂ, ਅਤੇ ਇਹ ਆਪਾਂ ਲਈ ਸੀਗੀ $3 ਦੀ, ਅਤੇ ਇਹਦੇ ਵਿੱਚੋਂ ਆਪਾਂ ਨੂੰ ਕੁਛ ਨਹੀਂ ਨਿਕਲਿਆ। ਅਤੇ ਦੋ ਅਗਲੀ ਦੇਖਦੇ ਹਾਂ ਆਪਾਂ, ਇਹ ਆਪਾਂ ਸ਼ਾਇਦ $2 ਦੀ ਲਈ ਸੀਗੀ, ਬਲੈਕ ਵਾਲੀ, ਜਿਹੜੀ ਆਪਾਂ ਇੱਕ ਹੋਰ ਲਈ ਸੀ ਸਾਰਿਆਂ ਨੂੰ ਮਹਿੰਗੀ $5 ਦੀ, ਅਤੇ ਉਹਦੇ ਵਿੱਚੋਂ ਦੇਖਦੇ ਹਾਂ ਆਪਾਂ ਨੂੰ ਕੀ ਨਿਕਲਦਾ। ਅਤੇ ਲਓ ਜੀ, $5 ਵਾਲੀ ਦੇ ਵਿੱਚੋਂ ਆਪਾਂ ਨੂੰ ਕੁਝ ਵੀ ਨਹੀਂ ਨਿਕਲਿਆ। ਆਪਾਂ ਆਹ $2 ਦੀ ਲਈ ਸੀਗੀ ਇੱਕ, ਅਤੇ ਆਹ ਲਈ ਸੀ ਆਪਾਂ $1 ਦੀ $3, $3 ਅਤੇ ਆਹ ਲਈ ਸੀਗੀ ਆਪਾਂ ਫਿਰ $1 ਦੀ $4, ਅਤੇ ਆਹ ਵਾਲੀ ਲਈ ਸੀਗੀ ਆਪਾਂ $3 ਦੀ। ਅਤੇ ਤਕਰੀਬਨ $10 ਦੀਆਂ ਲੋਟਰੀਆਂ ਸੀਗੀਆਂ ਨਾ, ਇਹ $3, $1, $2 ਅਤੇ $5 ਹੈ ਨਾ। ਅਤੇ ਤੁਸੀਂ ਦੇਖ ਲਓ ਸਾਰੇ $3 ਨਿਕਲੇ ਨੇ। ਸੋ ਤੁਸੀਂ ਦੇਖ ਹੀ ਲਿਆ ਹੋਊਗਾ ਹੈ ਨਾ, $11-12 ਦੀ ਲਾਟਰੀਆਂ 'ਚ ਸਿਰਫ $5 ਆਪਾਂ ਨੂੰ ਵਾਪਸ ਆਏ ਆ। ਸੋ ਬਈ, ਲੋਟਰੀ ਵਾਲਾ ਪੰਗਾ ਇਹ ਕਦੇ ਵੀ ਨਾ ਲਿਓ। ਹਾਂ, ਇੱਕ ਅੱਧੀ ਵਾਰੀ ਲੱਕ ਅਜ਼ਮਾ ਲਿਆ, ਕੋਈ ਚੱਕਰ ਨਹੀਂ। ਹਾਂ, ਇੱਥੇ ਲਿਆ ਜੇ, ਇੱਥੇ ਛੱਡ ਦਿਓ। ਜਿਵੇਂ ਅੱਜ ਮੈਂ ਫਸਟ ਟਾਈਮ ਟਰਾਈ ਕੀਤਾ ਸੀ, ਸੱਚੀ ਕਹਿਣਾ, ਮੈਂ ਗੈਸ ਸਟੇਸ਼ਨ 'ਤੇ ਵੀ ਲੱਗਿਆ ਰਿਹਾ ਹੈ ਨਾ, ਉੱਥੇ ਸਾਨੂੰ ਜਿਹੜੇ ਸੀਗੇ ਨਾ ਗੁਜਰਾਤੀ ਸੀਗੇ, ਉਹ
ਉਹਨੇ ਇੱਕ ਅਸੂਲ ਰੱਖਿਆ ਹੋਇਆ ਸੀ ਵੀ ਗੈਸ ਸਟੇਸ਼ਨ 'ਤੇ ਇੱਕ ਤਾਂ ਚੋਰੀ ਚੋਰੀ ਬਹੁਤ ਹੁੰਦੀ ਸੀ ਉਹਨਾਂ ਜਿਹੜੇ ਕਈ ਇੰਪਲੋਇਜ਼ ਵੀ ਉੱਥੇ ਚੋਰੀ ਕਰ ਲੈਂਦੇ ਸੀਗੇ ਮਤਲਬ ਹੈ ਨਾ ਤਾਂ ਕਰਕੇ ਉਹਨਾਂ ਨੇ ਰੂਲ ਬਣਾਇਆ ਹੋਇਆ ਸੀ ਵੀ ਨਾ ਤਾਂ ਇੱਥੇ ਗੈਸ ਸਟੇਸ਼ਨ ਤੋਂ ਕੋਈ ਚੀਜ਼ ਬਾਏ ਕਰੂਗਾ ਕੋਈ ਸਿਗਰਟ ਕੁਛ ਵੀ ਜਾਂ ਲੋਟਰੀ ਤਾਂ ਬਿਲਕੁਲ ਵੀ ਨਹੀਂ ਹੈ ਨਾ ਤਾਂ ਆਪਾਂ ਉਦੋਂ ਤੱਕ ਲੈਣੀ ਹੀ ਕੀ ਸੀ ਉਦੋਂ ਬਾਅਦ ਵੀ ਕਦੇ ਵੀ ਟਰਾਈ ਨਹੀਂ ਕੀਤੀ ਕਿਉਂਕਿ ਇੱਕ ਤਰ੍ਹਾਂ ਦਾ ਗੈਂਬਲ ਹੀ ਹੈ ਨਾ ਹਾਂ ਇੱਕ ਅੱਧੀ ਵਾਰੀ ਲੱਕ ਜ਼ਮਾ ਲਓ ਕਈ ਪੰਜਾਬੀਆਂ ਦੀ ਨਿਕਲੀ ਹੈ ਪਹਿਲੀ ਪਹਿਲੀ ਵਾਰ ਮਿਲੀਅਨ ਮਿਲੀਅਨ ਵੀ ਨਿਕਲਿਆ ਗਈਆਂ ਨੂੰ ਹੈ ਨਾ ਇਹ ਜੀ ਕੋਈ ਗੱਲ ਨਹੀਂ ਹਾਂ ਲੱਕ ਜ਼ਮਾਓ ਇੱਕ ਅੱਧੀ ਵਾਰੀ ਬਟ ਇਹ ਨਹੀਂ ਹੈਗੀ ਇਹਨੂੰ ਆਦਤ ਨਾ ਬਣਾਓ ਹੈ ਨਾ ਕਈ ਵਾਰੀ ਆਪਾਂ ਕਹਿੰਦੇ ਵੀ ਯਾਰ ਪਿੱਛੇ ਪੈ ਜਾਂਦੇ ਹੈ ਨਾ ਆਪਾਂ ਉਹ ਚੀਜ਼ ਦੇ ਉਹ ਚੀਜ਼ ਨਾ ਕਰੋ ਹਾਂ ਇੱਕ ਅੱਧੀ ਵਾਰੀ ਜਿਵੇਂ ਹੁਣ ਮੈਂ ਇੱਥੇ ਛੱਡ ਦੂੰ ਬਸ ਇੱਦਾਂ ਐਂ ਨਹੀਂ ਹੈਗਾ ਵੀ ਮੈਂ ਐਵਰੀ ਟਾਈਮ ਜਾਂ ਕਦੇ ਰੋਜ਼ ਪਾਇਆ ਕਰੂੰਗਾ ਹੈ ਨਾ ਮਿਲੀਨੀਅਰ ਬਣਨ ਦੀ ਚਾਹਤ ਦੇ ਵਿੱਚ ਹੁਣ ਉਹਦਾ ਮਕਸਦ ਇਹੀ ਸੀ ਵੀ ਇਹੋ ਜਿਹੀਆਂ ਗਲਤ ਚੀਜ਼ਾਂ ਤੋਂ ਬਚਾਈ ਚੰਗਾ ਬਾਕੀ ਮਿਲਦੇ ਹਾਂ ਨੈਕਸਟ ਵੀਡੀਓ।